नाराजगी करके विधायक छड़ के दूजियां पार्टियां नूं सारे साथी जिहड़े औखे चंगे टाइम च पार्टी दे नाल खड़े ने किसी दी कोई नाराजगी नहीं। ਜਿੰਦਰ ਰੂਪੀ ਦੀ ਮੈਂ ਗੱਲ ਕਰਾਂ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਿਰਫ ਰਾਘਵ ਚੱਡਾ ਜਿਹੜੀ ਸਰਕਾਰ ਚਲਾਉਣਗੇ ਉਹ ਜਦ ਹੋ ਗਏ ਛੱਡੋ। ਸਾਡਾ ਨਾਮ ਮੌਜੂਦ ਨੇ ਪ੍ਰੋਫੈਸਰ ਬਜਿੰਦਰ ਕੌਰ। ਬਜਿੰਦਰ ਕੌਰ ਜੀ, ਕਿਸ ਤਰੀਕੇ ਦੀ ਅੱਜ ਜਿਹੜੀ ਮੀਟਿੰਗ ਲਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਹੋਣਾਂ ਨੇ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜਾ ਇੱਕ ਮੰਥਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਖਾਸ ਕਰਕੇ ਨਾਰਾਜ਼ਗੀਆਂ ਨੂੰ ਲੈ ਕੇ ਕਿੱਦਾਂ ਦੇਖਦੇ ਹੋ ਇਸ ਨੂੰ? नहीं, ऐसा कुछ नहीं सीगा। बेसिकली एक इंट्रोडक्टरी मीटिंग सारे लिए इंस्ट्रक्शन सी कि जिन्हें लोगों ने मान सम्मान दे के विधायकों चुनिया विधानसभा के भेजा, सो उन्होंने पब्लिक दे इंटरस्ट ते पूरे उतरना है। सो पब्लिक लिए काम करके दिखाना है। बेसिकली काम प्रायोरिटी बेसिस से होना चाहिए, बाकी सारिया गल्लां बाद दे विच ने। नाराजगी दी गल सामने आ रही थी, दो वारी विधायक मेरी कादी मंत्री पद नहीं दिता, उसके कोई फर्क नहीं पैंदा। पब्लिक ने इन्ना वड्डा फतवा दिता, उस फतवे का मैं रिस्पैक्ट कर दी, सत्कार कर दी, बहुत रेणी हाँ। सो इन चीज़ों कोई फर्क नहीं। अरविंद केजरीवाल का कहना है कि विधायक सिर्फ मंत्री सिर्फ 17 होंगे, विधायक 92 चुने गए हैं, नाराजगी की लगातार वो गल करते रहे हैं, सामने आई है नाराजगी की गल ऐसी नहीं। पिछली इलेक्शन की गल करें, नाराजगी करके विधायक छड़ के दूजिया पार्टियां उन्होंने इंटरस्ट सीगा, उन्होंने अपना सीगा परसनल मैटर। सो साढ़े सारे साथी ने जड़े औखे चंगे टाइम च पार्टी दे नाल खड़े ने किसी दी कोई नाराजगी नहीं। ਜਿੰਦਰ ਰੂਪੀ ਦੀ ਮੈਂ ਗੱਲ ਕਰਾਂ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸਿਰਫ ਰਾਘਵ ਚੱਡਾ ਜਿਹੜੀ ਸਰਕਾਰ ਚਲਾਉਣਗੇ ਛੱਡੋ। ਅਗਲੀ ਰਣਨੀਤੀ ਕੀ ਰਹੀ ਕਿ 24-30 ਘੰਟੇ ਕੰਮ ਕਰਨ ਦੀ ਗੱਲ ਕਹਿ ਦਿੱਤੀ ਗਈ? ਬਿਲਕੁਲ, ਕੰਮ ਕਰਨ ਲਈ ਪਾਰਟੀ ਬਣੀ ਹੈ ਤੇ ਕੰਮ ਕਰਕੇ ਦਿਖਾਊਗੀ ਸਰਕਾਰ। ਹਲਕਿਆਂ ਦੇ ਵਿੱਚ ਰਹੋਗੇ, ਵਿੱਚ ਲੋਕਾਂ ਦੇ ਵਿੱਚ? ਐਗਜ਼ੈਕਟਲੀ ਲੋਕਾਂ ਲਈ ਬਣਿਆ ਤਾਂ ਲੋਕਾਂ ਨੂੰ ਸਰਵ ਕਰਾਂਗੇ। ਠੀਕ ਹੈ, ਲੱਗਦਾ ਕਿ ਸਾਡੇ ਨਾਲ ਪ੍ਰੋਫੈਸਰ ਬਜਿੰਦਰ ਕੌਰ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਨੇ ਕੋਈ ਨਾਰਾਜ਼ਗੀ ਨਹੀਂ ਹੈ, ਹਾਲਾਂਕਿ ਇਹਨਾਂ ਨੂੰ ਮੰਤਰੀ ਪਦ ਨਾ ਮਿਲਣ ਦੀ ਗੱਲ ਵੀ ਕੀਤੀ ਗਈ ਹੈ, ਪਰ ਜੇਕਰ ਇਹਨਾਂ ਦੀ ਗੱਲ ਮੰਨੀ ਤਾਂ ਇਹਨਾਂ ਨੇ ਕਹਿਣਾ ਕਿ ਕੋਈ ਨਾਰਾਜ਼ਗੀ ਨਹੀਂ ਹੈ। ਹਾਲਾਂਕਿ ਅਰਵਿੰਦ ਕੇਜਰੀਵਾਲ ਨੇ ਇਹ ਜ਼ਰੂਰ ਕਿਹਾ ਕਿ ਮੰਤਰੀ ਜਿਹੜੇ ਨੇ ਉਹ 17 ਹੀ ਹੋਣਗੇ, ਪਰ ਜੇਕਰ ਗੱਲ ਕੀਤੀ ਜਾਵੇ ਲੋਕਾਂ ਦੀ ਤੇ MLA ਜੀ ਦਾ, MLA ਜਿਹੜੀਆਂ ਸੀਟਾਂ ਨੇ ਉਹ 92 ਸੀਟਾਂ ਨੇ। ਸੋ ਅੱਗੇ ਕੀ ਹੁਣ ਹੋਏਗਾ ਇਸ ਬਾਰੇ ਪੇ ਵੀ ਜ਼ਰੂਰ ਤੁਹਾਡਾ ਜਾਣਕਾਰੀ ਸਾਂਝੀ ਕਰਦੇ ਰਹਾਂਗੇ। ਕੈਮਰਾ ਸਿੰਘ ਪ੍ਰਵੀਨ ਨਾਲ ਸਾਇੰਦਰੂਲਾ, ਸਕਾਈ ਨਿਊਜ਼ ਪੰਜਾਬ, ਮੋਹਾਲੀ।